ਨਿਹੰਗ ਸਿੰਘ ਨੇ ਪਹਿਲਾਂ ਕੀਤਾ ਸੀ ਸ਼ਰਮਨਾਕ ਕਾਰਾ, ਆਪਣੇ ਹੀ ਮਾਂ ਪਿਓ ਦੀ ਕੀਤੀ ਸੀ ਬੁਰੀ ਤਰ੍ਹਾਂ ਕੁੱਟਮਾਰ, ਹੁਣ ਪੁਲਿਸ ਨੇ ਲੈ ਲਿਆ ਹਿਰਾਸਤ ਦੇ ਵਿੱਚ। ਨਿਹੰਗ ਸਿੰਘ ਨੇ ਕੀਤੇ ਮੀਡੀਆ ਦੇ ਸਾਹਮਣੇ ਵੱਡੇ ਖੁਲਾਸੇ। ਤੁਸੀਂ ਦੇਖੀ ਆਪਣੀ ਵੀਡੀਓ ਜਾਂ ਸੋਸ਼ਲ ਮੀਡੀਆ? ਹਾਂ, ਫੈਮਿਲੀ ਮੈਟਰ ਦਾ ਕੀ ਮਹਿਸੂਸ ਹੋ ਰਿਹਾ ਜੀ? ਹਾਂਜੀ, ਕਿਵੇਂ ਤੁਸੀਂ ਇੰਨਾ ਉਹਨਾਂ ਨੂੰ ਮਾਰ ਰਹੇ ਹੋ, ਕੁੱਟ ਰਹੇ ਹੋ, ਮਾਂ ਪਿਓ ਨੇ ਅਖੀਰ ਤੁਹਾਡੇ ਕੁਛ ਤਾਂ ਗਿਲਟੀ ਫੀਲ ਹੋ ਰਹੀ ਹੋਣੀ ਹੈ ਕਿ ਵੀ ਇੰਨਾ ਕਿਉਂ ਮਾਰਿਆ? ਗੱਲ ਬੈਠ ਕੇ ਵੀ ਹੋ ਸਕਦੀ ਸੀ ਤੁਹਾਡੀ ਉਹਦੀ। ਕੁਛ ਮਾਰਿਆ ਨਹੀਂ ਹੈ ਕੁਛ ਖਾਸ, ਇੱਦਾਂ ਹੀ ਥੋੜ੍ਹੀ ਥੋੜ੍ਹੀ ਨੋਕ ਚੋਕ ਵੀ ਹੋਈ ਆ, ਮੈਂ ਤਾਂ ਮਤਲਬ ਮਿਰਚਾਂ ਪਾਉਂਦਾ ਸੀ ਡੈਡੀ ਅੱਖਾਂ 'ਚ, ਹੋਰ ਕੁਛ ਨਹੀਂ ਇੱਦਾਂ ਦੀ ਲੜਾਈ ਨੂੰ ਮੈਂ ਮੀਡੀਆ ਵਧਾ ਚੜਾ ਕੇ ਗੱਲ ਵੀ ਆਖੀ ਜਾਂਦਾ ਕੁਛ ਖਾਸ ਗੱਲ ਨਹੀਂ ਹੋਈ। ਸੀਸੀਟੀਵੀ ਤਾਂ ਨਹੀਂ ਝੂਠ ਬੋਲਦੇ ਵੀ ਜਦੋਂ ਸੀਸੀਟੀਵੀ ਦੇ ਐਕਸਪਾਇਰ ਹੋਇਆ ਸਾਡਾ, ਨਹੀਂ ਇੱਦਾਂ ਦੀ ਕੋਈ ਗੱਲ ਨਹੀਂ ਹੋਈ, ਖਾਸ ਬਾਅਦ ਦੇਖਿਆ ਨੋਰਮਲ ਸੀਗਾ, ਮੈਂ ਕੁਛ ਬਾਲੀਆਂ ਸੱਟਾਂ ਸੁੱਟਾਂ ਨਹੀਂ ਮਿਲੀਆਂ ਹੁਣ। ਤੁਹਾਨੂੰ ਇਹ ਲੱਗਦਾ ਕਿ ਮਾਰਨਾ ਗਲਤ ਹੈ? ਗਿਲਟੀ ਮਹਿਸੂਸ ਹੋ ਰਹੀ ਹੈ ਇਹ ਚੀਜ਼ ਮੰਨਦੇ ਹੋ ਤੁਸੀਂ ਕਿ ਮਾਂ ਪਿਓ ਨੂੰ ਨਹੀਂ ਮਾਰਨਾ ਚਾਹੀਦਾ, ਚਾਹੇ ਜਿੱਦਾਂ ਦੇ ਵੀ ਮਾਂ ਪਿਓ ਹੋਣ ਜਾਂ ਕੋਈ ਵੀ ਗੱਲ ਹੋਵੇ ਕਿ ਇੱਦਾਂ ਦੀ ਚੀਜ਼ ਨਹੀਂ ਹੋਣੀ ਚਾਹੀਦੀ? ਨਹੀਂ ਨਹੀਂ ਕਰਦਾ ਸੀਗਾ, ਹਾਂ ਇੱਦਾਂ ਬੜਾ ਔਖਾ ਤਾਂ ਹੁੰਦਾ ਇਹ ਜਿੱਤੇ, ਜਿਹੜਾ ਬੰਦੇ ਦੇ ਦਿੱਤੇ ਹੋਵੇ ਹੁਣ ਔਖਾ ਹੁੰਦਾ ਇਹ ਕੰਮ, ਹੁਣ ਜਿੱਦਾਂ ਮਰਜ਼ੀ ਹੋਵੇ ਨਹੀਂ ਚੱਕਿਆ ਜਾਂਦਾ, ਬੜਾ ਹੱਥ ਕੰਮ ਦਿੰਦੇ ਨਾ ਕੰਮ। ਹਾਂਜੀ, ਬਟ ਮੇਰਾ ਮੇਰੇ 'ਤੇ ਤਸ਼ੱਦਦ ਹੋਇਆ ਸੀਗਾ, ਮੈਨੂੰ ਮੇਰੀ ਜੋਬ ਲੱਗੀ ਸੀ, ਬਾਈਕ ਚਾਹੀਦੀ ਸੀ, ਇੱਦਾਂ ਨੋਰਮਲ ਸੀਗਾ, ਇੱਦਾਂ ਕੋਈ ਲੜਾਈ ਨਹੀਂ ਹੋਈ, ਮੈਂ ਹੱਥ 'ਚ ਨਹੀਂ ਕੋਈ ਚੱਕਿਆ, ਮੈਂ ਕੁਛ ਕਹਿੰਦੇ ਮੈਂ ਤੁਹਾਨੂੰ ਮੈਂ ਗੱਲ ਨਹੀਂ ਕਰਾਂਗੀ। ਤਹਿਲਕਾ ਨਿਊਜ਼ ਚੈਨਲ ਤੁਹਾਡੇ ਲਈ ਲੈ ਕੇ ਆ ਰਿਹਾ ਹੈ ਆਵਾਜ਼ ਆਵਾਮ ਦੀ, ਜਿਸ ਰਾਹੀਂ ਤੁਸੀਂ ਆਪਣੇ ਹੱਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾ ਸਕਦੇ ਹੋ। ਬੇਖੌਫ, ਬੇਝਿਜਕ, ਬੇਡਰ, ਤੁਹਾਡੇ ਹੱਕਾਂ ਦੀ ਰਾਖੀ ਲਈ ਹਰ ਪਲ ਹਰ ਵਕਤ ਤੁਹਾਡੇ ਨਾਲ ਹੈ ਪੰਜਾਬ ਦਾ ਬੇਤੜਕ ਨਿਤੜਕ ਇੱਕ ਨਿਊਜ਼ ਚੈਨਲ, ਤਹਿਲਕਾ ਨਿਊਜ਼, ਤਹਿਲਕਾ ਨਿਊਜ਼, ਤਹਿਲਕਾ ਨਿਊਜ਼।